ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ, ਖਜ਼ਾਨਿਆਂ 'ਚ ਕੋਈ ਕਮੀ ਨਹੀਂ ਗੀ, ਪੰਜਾਬ ਦੇ 85,000 ਪੰਜਾਬ ਪੁਲਿਸ ਆ ਜਿਹਦੇ ਵਿੱਚ ਚਾਹੇ ਉਹ PAP ਹੋਏ, ਚਾਹੇ ਉਹ ਕਮਾਂਡੋ ਹੋਏ, ਚਾਹੇ PP ਹੋਵੇ, ਚਾਹੇ ਬਾਕੀ ਕਈ ਇਦਾਰੇ ਆ, 85,000 ਟੋਟਲ ਜਿਨ੍ਹਾਂ ਨੇ ਅੱਜ 21 ਤਰੀਕ 'ਚ ਇੱਕ ਫੁੱਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ 'ਚ ਨਹੀਂ ਆਇਆ। ਇਹ ਪਹਿਲੀ ਵਾਰ ਹੋਇਆ, 5-10 ਦਿਨ ਤਾਂ ਮੰਨਿਆ ਤਨਖਾਹ ਲੇਟ ਹੋ ਜਾਂਦੀ ਆ, ਪਰ ਇਹ ਜਿਨ੍ਹਾਂ ਨੇ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਕਰਨੀ ਆ, ਜਿਨ੍ਹਾਂ ਨੇ ਇਲੈਕਸ਼ਨਾਂ ਕਰਾਉਣੀਆਂ ਫੇਅਰ ਐਂਡ ਫਰੀ ਇਲੈਕਸ਼ਨਾਂ ਕਰਾਉਣੀਆਂ, ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ। ਆਹੀ ਮਹੀਨੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਬੁੱਕਸ, ਕਿਤਾਬਾਂ, ਬੈਗ, ਦਸਤੇ, ਉਹਨਾਂ ਦੀਆਂ ਐਡਮਿਸ਼ਨਾਂ ਕਰਾਉਣੀਆਂ ਹੈ, ਅਤੇ ਉਹ ਇੰਨੇ ਮਾਨਸਿਕ ਤਣਾਓ ਥੱਲੇ ਨੇ ਅੱਜ ਪੰਜਾਬ ਪੁਲਿਸ, ਕਿਉਂਕਿ 21 ਦਿਨ ਮਹੀਨਾ ਲੰਘ ਚੁੱਕਿਆ। ਪਹਿਲਾਂ ਮਾਰਚ 'ਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ, ਆਹ ਦੂਜਾ ਮਹੀਨਾ ਅੱਜ 21 ਤਰੀਕ ਲੰਘ ਚੱਲੀ ਆ ਜਦੋਂ ਮੈਂ ਇਹ ਅੱਜ ਤੁਹਾਨੂੰ ਇਹ ਸੰਬੋਧਨ ਕਰ ਰਿਹਾ। ਇਸ ਕਰਕੇ ਇਹ ਡਰਾਮਾ ਜਿਹੜਾ ਕਰਦੇ ਆ ਨਾ ਉਹ ਅੱਜ ਨਿਕਲ ਗਿਆ। ਜੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ, ਮੋਦੀ ਸਾਹਿਬ ਦੀ ਗੱਲ ਕਰੀਏ, ਤੇ 1 ਤਰੀਕ ਨੂੰ ਪਹਿਲਾਂ ਸਭ ਦੇ, ਮੈਂ ਆਪਣੇ ਪੈਰਾਮਿਲਟਰੀ ਫੋਰਸਿਸ ਜਾਂ ਜਿੰਨੀ ਸਭ ਨੂੰ ਪੁੱਛਿਆ, 1 ਤਰੀਕ ਨੂੰ ਜਿਹੜੀ ਆ ਉਹ ਤਨਖਾਹ ਪਹੁੰਚ ਜਾਂਦੀ ਆ, ਪਰ ਬਹੁਤ ਮਾੜੀ ਗੱਲ ਆ। ਅੱਜ ਬਹੁਤ ਟੈਨਸ਼ਨ ਦੇ ਵਿੱਚ ਜਿਹੜੀ ਉਹ ਸਾਰੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਆ। ਮੇਰੀ ਬੇਨਤੀ ਆ, ਕਿਉਂਕਿ ਹੋਮ ਮਹਿਕਮਾ, ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਆਪ ਕੋਲ ਆ, ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਪੁਲਿਸ ਆਪਣਾ ਚੰਗਾ ਲਾਅ ਐਂਡ ਆਰਡਰ ਮੇਨਟੇਨ ਕਰੇ, ਪੀਸਫੁੱਲ ਇਲੈਕਸ਼ਨਾਂ ਕਰਾਵੇ, ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਹਲਕਾ ਕਰੋ, ਬੱਚੇ ਜਿਹੜੇ ਆ ਉਹਨਾਂ ਦੇ ਉਹ ਸਕੂਲਾਂ ਦੀ ਐਡਮਿਸ਼ਨਾਂ ਤੋਂ, ਕਾਲਜ ਦੀਆਂ ਐਡਮਿਸ਼ਨਾਂ ਤੋਂ ਵਾਂਝੇ ਰਹਿ ਰਹੇ ਆ ਸਿਰਫ ਇੱਕ ਥੋੜੀ, ਇਸ ਕਰਕੇ ਵੀ ਤੁਸੀਂ ਗੱਲਾਂ ਬੜੀਆਂ ਬੜੀਆਂ ਕਰਨੀਆਂ ਹੈ। ਤੇ ਜਿਵੇਂ ਕਹਿੰਦੇ ਕਰਦੇ ਮੇਲਾ ਮੇਲਾ ਖੈਣੀ ਕੋਲ ਧੇਲਾ, ਅੱਜ ਉਹ ਗੱਲ ਸਾਬਤ ਹੋ ਗਈ। ਇਸ ਕਰਕੇ ਜਲਦੀ ਤੋਂ ਜਲਦੀ ਮੇਰੀ ਪਰਜ਼ੋਰ ਤੁਹਾਨੂੰ ਅਪੀਲ ਆ, ਡਿਮਾਂਡ ਆ ਵੀ ਪੰਜਾਬ ਪੁਲਿਸ ਦੀ 85,000 ਜਿਹੜਾ ਮੁਲਾਜ਼ਮ ਆ ਉਹਦੀ ਜਲਦੀ ਤੋਂ ਜਲਦੀ ਤਨਖਾਹ ਹੈ ਜਿਹੜੀ ਉਹ ਰਿਲੀਜ਼ ਕਰੋ। ਆਫਿਸਰ ਤਾਂ ਬਹੁਤ ਥੋੜੇ ਹੁੰਦੇ ਆ, ਉਹਨਾਂ ਦੀ ਪੇ ਆ ਜਿਹੜੀ, ਉਹਨਾਂ ਦੀ ਤਨਖਾਹ ਤਾਂ ਆ ਜਾਂਦੀ ਆ, ਇਹ ਥੱਲੇ ਜਿਹੜਾ ਵੀ 85,000 ਮੁਲਾਜ਼ਮ ਆ ਉਹਦਾ 1 ਰੁਪਈਆ ਵੀ ਜਿਹੜਾ ਅੱਜ 21 ਤਰੀਕ ਤੱਕ ਨਹੀਂ ਆਇਆ। ਇਸ ਕਰਕੇ ਜੇ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰੀ ਸੀਐਮ ਸਾਹਿਬ ਤੁਹਾਡੀ ਹੋਏਗੀ। ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ, ਖਜ਼ਾਨਿਆਂ 'ਚ ਕੋਈ ਕਮੀ ਨਹੀਂ ਗੀ, ਪੰਜਾਬ ਦੇ 85,000 ਪੰਜਾਬ ਪੁਲਿਸ ਆ ਜਿਹਦੇ ਵਿੱਚ ਚਾਹੇ ਉਹ PAP ਹੋਏ, ਚਾਹੇ ਉਹ ਕਮਾਂਡੋ ਹੋਏ, ਚਾਹੇ PP ਹੋਵੇ, ਚਾਹੇ ਬਾਕੀ ਕਈ ਇਦਾਰੇ ਆ, 85,000 ਟੋਟਲ ਜਿਨ੍ਹਾਂ ਨੇ ਅੱਜ 21 ਤਰੀਕ 'ਚ ਇੱਕ ਫੁੱਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ 'ਚ ਨਹੀਂ ਆਇਆ। ਇਹ ਪਹਿਲੀ ਵਾਰ ਹੋਇਆ, 5-10 ਦਿਨ ਤਾਂ ਮੰਨਿਆ ਤਨਖਾਹ ਲੇਟ ਹੋ ਜਾਂਦੀ ਆ, ਪਰ ਇਹ ਜਿਨ੍ਹਾਂ ਨੇ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਕਰਨੀ ਆ, ਜਿਨ੍ਹਾਂ ਨੇ ਇਲੈਕਸ਼ਨਾਂ ਕਰਾਉਣੀਆਂ ਫੇਅਰ ਐਂਡ ਫਰੀ ਇਲੈਕਸ਼ਨਾਂ ਕਰਾਉਣੀਆਂ, ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ। ਆਹੀ ਮਹੀਨੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਬੁੱਕਸ, ਕਿਤਾਬਾਂ, ਬੈਗ, ਦਸਤੇ, ਉਹਨਾਂ ਦੀਆਂ ਐਡਮਿਸ਼ਨਾਂ ਕਰਾਉਣੀਆਂ ਹੈ, ਅਤੇ ਉਹ ਇੰਨੇ ਮਾਨਸਿਕ ਤਣਾਓ ਥੱਲੇ ਨੇ ਅੱਜ ਪੰਜਾਬ ਪੁਲਿਸ
ਕਿਉਂਕਿ 21 ਦਿਨ ਮਹੀਨਾ ਲੰਘ ਚੁੱਕਿਆ। ਪਹਿਲਾਂ ਮਾਰਚ 'ਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ, ਆ ਦੂਜਾ ਮਹੀਨਾ ਅੱਜ 21 ਤਰੀਕ ਲੰਘ ਚੱਲੀ ਆ ਜਦੋਂ ਮੈਂ ਇਹ ਅੱਜ ਤੁਹਾਨੂੰ ਇਹ ਸੰਬੋਧਨ ਕਰ ਰਿਹਾ ਹਾਂ। ਇਸ ਕਰਕੇ ਇਹ ਡਰਾਮਾ ਜਿਹੜਾ ਕਰਦੇ ਆ ਨਾ ਉਹ ਅੱਜ ਨਿਕਲ ਗਿਆ। ਜੇ ਸੈਂਟਰਲ ਗਵਰਨਮੈਂਟ ਦੀ ਗੱਲ ਕਰੀਏ, ਮੋਦੀ ਸਾਹਿਬ ਦੀ ਗੱਲ ਕਰੀਏ, ਤੇ 1 ਤਰੀਕ ਨੂੰ ਪਹਿਲਾਂ ਸਭ ਦੇ ਮੈਂ ਆਪਣੇ ਪੈਰਾਮਿਲਟਰੀ ਫੋਰਸਿਸ ਜਾਂ ਜਿੰਨੀ ਸਭ ਨੂੰ ਪੁੱਛਿਆ 1 ਤਰੀਕ ਨੂੰ ਜਿਹੜੀ ਆ ਉਹ ਤਨਖਾਹ ਪਹੁੰਚ ਜਾਂਦੀ ਆ। ਪਰ ਬਹੁਤ ਮਾੜੀ ਗੱਲ ਆ, ਅੱਜ ਬਹੁਤ ਟੈਨਸ਼ਨ ਦੇ ਵਿੱਚ ਜਿਹੜੀ ਉਹ ਸਾਰੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਆ। ਮੇਰੀ ਬੇਨਤੀ ਆ, ਕਿਉਂਕਿ ਹੋਮ ਮਹਿਕਮਾ ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਆਪ ਕੋਲ ਆ, ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਪੁਲਿਸ ਆਪਣਾ ਚੰਗਾ ਲਾਅ ਐਂਡ ਆਰਡਰ ਮੇਨਟੇਨ ਕਰੇ, ਪੀਸਫੁਲ ਇਲੈਕਸ਼ਨਾਂ ਕਰਾਵੇ, ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਹਲਕਾ ਕਰੋ। ਬੱਚੇ ਜਿਹੜੇ ਆ ਉਹਨਾਂ ਦੇ ਉਹ ਸਕੂਲਾਂ ਦੀ ਐਡਮਿਸ਼ਨਾਂ ਤੋਂ ਕਾਲਜ ਦੀਆਂ ਐਡਮਿਸ਼ਨਾਂ ਤੋਂ ਵਾਂਝੇ ਰਹਿ ਰਹੇ ਆ ਸਿਰਫ ਇੱਕ ਤੁਹਾਡੀ, ਇਸ ਕਰਕੇ ਵੀ ਤੁਸੀਂ ਗੱਲਾਂ ਬੜੀਆਂ ਬੜੀਆਂ ਕਰਨੀਆਂ ਏ। ਤੇ ਜਿਵੇਂ ਕਹਿੰਦੇ ਕਰਦੇ ਮੇਲਾ ਮੇਲਾ ਖੈਣੀ ਕੋਲ ਧੇਲਾ, ਅੱਜ ਉਹ ਗੱਲ ਸਾਬਤ ਹੋ ਗਈ। ਇਸ ਕਰਕੇ ਜਲਦੀ ਤੋਂ ਜਲਦੀ ਮੇਰੀ ਪਰ ਜ਼ੋਰ ਤੁਹਾਨੂੰ ਅਪੀਲ ਆ, ਡਿਮਾਂਡ ਆ ਵੀ ਪੰਜਾਬ ਪੁਲਿਸ ਦੀ 85,000 ਜਿਹੜਾ ਮੁਲਾਜ਼ਮ ਆ ਉਹਦੀ ਜਲਦੀ ਤੋਂ ਜਲਦੀ ਤਨਖਾਹ ਜਿਹੜੀ ਉਹ ਰਿਲੀਜ਼ ਕਰੋ। ਆਫੀਸਰ ਤਾਂ ਬਹੁਤ ਥੋੜੇ ਹੁੰਦੇ ਆ, ਉਹਨਾਂ ਦੀ ਪੇ ਆ ਜਿਹੜੀ ਉਹਨਾਂ ਦੀ ਤਨਖਾਹ ਤਾਂ ਆ ਜਾਂਦੀ ਆ, ਇਹ ਥੱਲੇ ਜਿਹੜਾ ਵੀ 85,000 ਮੁਲਾਜ਼ਮ ਆ ਉਹਦਾ 1 ਰੁਪਈਆ ਵੀ ਜਿਹੜਾ ਅੱਜ 21 ਤਰੀਕ ਤੱਕ ਨਹੀਂ ਆਇਆ। ਇਸ ਕਰਕੇ ਜੇ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰੀ CM ਸਾਹਿਬ ਤੁਹਾਡੀ ਹੋਏਗੀ।